ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨੀਟਿੰਗ ਆਰਟ 'ਤੇ। ਅੱਜ ਮੈਂ ਤੁਹਾਡੇ ਲਈ ਬਿਨਾਂ ਜਾਲੀ ਤੋਂ ਇੱਕ ਸੋਹਣਾ ਜਿਹਾ ਡਿਜ਼ਾਇਨ ਲੈ ਕਰ ਆਈ ਹਾਂ। ਬਹੁਤ ਹੀ ਸੌਖਾ ਡਿਜ਼ਾਇਨ ਹੈ ਔਰ ਦੋ ਦੋ ਕੁੰਡਿਆਂ 'ਤੇ ਡਿਜ਼ਾਇਨ ਪੈਂਦਾ ਔਰ ਇੱਕ ਇੱਕ ਕੁੰਡੇ ਦਾ ਵਿੱਚ ਗੈਪ ਰੱਖਿਆ ਹੈਗਾ। ਦੋ ਸਿਲਾਈਆਂ ਮੈਂ ਪਾ ਲਈਆਂ, ਇੱਕ ਸਿਲਾਈ ਮੈਂ ਹੋਰ ਪਾਉਣੀ ਆ ਅਤੇ ਇਸ ਤੋਂ ਬਾਅਦ ਮੈਂ ਡਿਜ਼ਾਇਨ ਬਣਾਉਣੀ ਆ। ਡਿਜ਼ਾਇਨ ਬਹੁਤ ਸੌਖਾ ਹੈ ਅਤੇ ਬਹੁਤ ਹੀ ਆਸਾਨੀ ਨਾਲ ਬਣਨ ਵਾਲਾ ਡਿਜ਼ਾਇਨ ਹੈ, ਬਗੈਰ ਜਾਲੀ ਤੋਂ ਹੈ। ਇਸ ਡਿਜ਼ਾਇਨ ਨੂੰ ਅਸੀਂ ਕਿਸੇ ਵੀ ਸਵੈਟਰ ਕੋਟੀ 'ਤੇ ਪਾ ਸਕਦੇ ਹਾਂ, ਚਾਹੇ ਉਹ ਲੇਡੀਜ਼ ਹੋਵੇ ਜਾਂ ਜੈਂਟਸ ਹੋਵੇ ਜਾਂ ਫਿਰ ਬੱਚਿਆਂ ਦੀ ਕੋਟੀ ਬਣਾਉਣੀ ਹੋਵੇ, ਕੁਛ ਵੀ ਬਣਾਉਣਾ ਹੋਵੇ। ਬਹੁਤ ਸੋਹਣਾ ਡਿਜ਼ਾਇਨ ਹੈ ਔਰ ਬੜੀ ਆਸਾਨੀ ਨਾਲ ਬਣਨ ਵਾਲਾ ਡਿਜ਼ਾਇਨ ਹੈ। ਹਰ ਇੱਕ ਚੌਥੀ ਸਿਲਾਈ ਦੇ ਵਿੱਚ ਇਹ ਰਿਪੀਟ ਹੁੰਦਾ। ਇੱਦਾਂ ਮੈਂ ਆਹ ਪੁੱਠੀ ਸਿਲਾਈ ਜਿਹੜੀ ਹੈ ਪਾ ਰਹੀ ਹਾਂ, ਦੋ ਕੁੰਡੇ ਪੁੱਠੇ ਔਰ ਇੱਕ ਸਿੱਧਾ। ਜਿੱਦਾਂ ਤਿੰਨ ਸਿਲਾਈਆਂ ਪੈ ਗਈਆਂ, ਇੱਕ ਕੁੰਡਾ ਪੁੱਠਾ ਪਾਇਆ, ਧਾਗਾ ਪਿੱਛੇ ਲੈ ਜਾਣਾ, ਇਸ ਤਰ੍ਹਾਂ ਦੋ ਕੁੰਡੇ ਇਸ ਤਰ੍ਹਾਂ ਦੀ, ਇਹ ਦੋਨੋਂ ਕੁੰਡਿਆਂ ਨੂੰ ਇਕੱਠੇ ਇੱਦਾਂ ਅਸੀਂ ਬੁਣਨਾ ਔਰ ਫਿਰ ਪਹਿਲੇ ਵਾਲੇ ਕੁੰਡੇ ਨੂੰ ਵੀ ਦੁਬਾਰਾ ਬੁਣ ਲੈਣਾ। ਇਸ ਤਰ੍ਹਾਂ ਦੋ ਦੇ ਦੋ ਹੀ ਹੋਊਗੇ। ਇੱਦਾਂ ਬੜਾ ਹੀ ਸੌਖਾ ਡਿਜ਼ਾਇਨ ਹੈ ਔਰ ਇਸ ਨੂੰ ਅਸੀਂ ਜਦੋਂ ਬਣਾਉਂਦੇ ਹਾਂ ਤਾਂ ਤਿੰਨ ਸਿਲਾਈਆਂ ਸਾਡੀਆਂ ਸਿੱਧੀਆਂ ਹੀ ਪੈ ਜਾਂਦੀਆਂ ਨੇ, ਦੋ ਸਿੱਧੇ ਇੱਕ ਪੁੱਠਾ, ਬਿਨਾਂ ਕਿਸੇ ਉਸ ਤੋਂ ਉਹ ਫਟਾਫਟ ਬਣੀ ਜਾਂਦਾ ਉੱਪਰ ਦੇ ਉੱਪਰ। ਇਹ ਆ ਗਈ ਹੈ ਪੁੱਠੀ ਸਿਲਾਈ ਸਾਡੀ। ਪੁੱਠੀ ਸਿਲਾਈ ਅਸੀਂ ਪੁੱਠਿਆਂ ਦੇ ਉੱਪਰ ਪੁੱਠੇ ਔਰ ਸਿੱਧਿਆਂ ਦੇ ਉੱਪਰ ਸਿੱਧੇ ਇਸੇ ਤਰ੍ਹਾਂ ਹੀ ਪਾਵਾਂਗੇ। ਆ ਜਿਹੜਾ ਸਿੱਧਾ ਕੁੰਡਾ ਇਹਨੂੰ ਸਿੱਧਾ ਹੀ ਬੁਣ ਲੈਣਾ ਔਰ ਆ ਦੋ ਕੁੰਡੇ ਪੁੱਠੇ ਆ, ਇਸ ਨੂੰ ਪੁੱਠੇ ਬੁਣ ਲਵਾਂਗੇ ਇਸ ਤਰ੍ਹਾਂ। ਦੋ ਸਿਲਾਈਆਂ ਹੋਰ ਪਾ ਦਿੰਦੀ ਹਾਂ ਅਤੇ ਇਸੇ ਤਰ੍ਹਾਂ ਹੀ ਇਹ ਡਿਜ਼ਾਇਨ ਫਿਰ ਰਿਪੀਟ ਹੋਏਗਾ। ਥੋੜ੍ਹਾ ਇੱਕ ਸਿਲਾਈ ਹੋਰ ਪਾ ਕੇ ਕਲੀਅਰ ਜਿਹਾ ਹੋ ਜਾਣਾ, ਮੈਂ ਤੁਹਾਨੂੰ ਦਿਖਾਉਂਦੀ ਹਾਂ ਬਣਿਆ ਹੋਇਆ ਡਿਜ਼ਾਇਨ, ਮੈਂ ਤੁਹਾਨੂੰ ਦਿਖਾਊਂਗੀ। ਅਤੇ ਜੇਕਰ ਕਿ ਡਿਜ਼ਾਇਨ ਪਸੰਦ ਆਵੇ ਤਾਂ ਇਸ ਨੂੰ ਲਾਈਕ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਡਿਜ਼ਾਇਨ ਬਣ ਚੱਲਿਆ, ਦੇਖੋ ਜੀ ਇਸ ਤਰ੍ਹਾਂ ਇਹ ਕੁੰਡੇ ਉਲਟ ਜਾਂਦੇ ਆ ਔਰ ਬਣਿਆ ਹੋਇਆ ਡਿਜ਼ਾਇਨ ਮੈਂ ਤੁਹਾਨੂੰ ਦਿਖਾਉਂਦੀ ਹਾਂ।
ਬਈਆ ਡਿਜ਼ਾਇਨ ਬਣਿਆ ਹੋਇਆ ਕਿਸ ਤਰ੍ਹਾਂ ਦਾ ਲੱਗਦਾ। ਦੇਖੋ ਇੱਦਾਂ ਦਾ ਇਹ ਡਿਜ਼ਾਇਨ ਬਣੀ ਜਾਣਾ ਉੱਪਰ ਦੀ ਉੱਪਰ ਸਿੱਧੀਆਂ ਲਾਈਨਾਂ ਵਿੱਚ। ਕਿੰਨਾ ਸੌਖਾ ਡਿਜ਼ਾਇਨ ਹੈ ਔਰ ਬਗੈਰ ਜਾਲੀ ਤੋਂ ਹੈ। ਅਤੇ ਜੇਕਰ ਕਿ ਡਿਜ਼ਾਇਨ ਤੁਹਾਨੂੰ ਵੀ ਇਹ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ।